ਇਸ ਵਕਤ ਸ਼ੰਭੂ ਬਾਰਡਰ ਤੇ ਮੌਜੂਦ ਆ। 21 ਫਰਵਰੀ ਦਾ ਦਿਨ ਹੋ ਚੁੱਕਿਆ। ਕਿਸਾਨ ਆਗੂ ਸਰਵਣ ਸਿੰਘ ਪੰਦੇਰ, ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਦੋ ਫੋਰਮਾਂ ਦੇ ਵੱਲੋਂ 21 ਫਰਵਰੀ ਨੂੰ ਦਿੱਲੀ ਕੂਚ ਕਰਨ ਦੀ ਕਾਲ ਦਿੱਤੀ ਗਈ ਸੀ ਵੱਡੀ ਗਿਣਤੀ ਦੇ ਵਿੱਚ, ਜੋ ਕਿਸਾਨ ਨੇ, ਨੌਜਵਾਨ ਨੇ ਪੂਰੇ ਪੰਜਾਬ ਦੇ ਵਿੱਚੋਂ, ਇੱਥੋਂ ਤੱਕ ਕਿ ਹਰਿਆਣੇ ਦੇ ਵਿੱਚੋਂ ਵੀ ਸ਼ੰਭੂ ਬਾਰਡਰ 'ਤੇ ਪਹੁੰਚ ਚੁੱਕੇ ਨੇ। ਇਸ ਵਕਤ ਜ਼ਮੀਨੀ ਹਕੀਕਤ ਤੋਂ, ਗਰਾਊਂਡ ਜ਼ੀਰੋ ਦੀ ਰਿਪੋਰਟ ਤੁਹਾਨੂੰ ਸ਼ੰਭੂ ਬਾਰਡਰ ਤੋਂ ਦਿਖਾ ਰਿਹਾ, ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਜੋ ਫੋਰਸ ਆ, ਫੌਜ ਆ, CRPF ਦੇ ਜਵਾਨ ਨੇ, ਉਹ ਤਾਇਨਾਤ ਨੇ। ਇੱਧਰ ਜਦੋਂ ਬੀਤੇ ਦਿਨੀ ਕਿਸਾਨਾਂ ਦੁਆਰਾ ਪੋਕ ਲੈਂਦੀਆਂ ਮਸ਼ੀਨਾਂ ਨੇ, ਜਾਣੀ ਕਿ ਚੈਨਾ ਵਾਲੀਆਂ ਕਰੇਨਾਂ ਜਾਂ JCB ਮਸ਼ੀਨਾਂ ਲਿਆਂਦੀਆਂ ਗਈਆਂ ਸੀ, ਤਾਂ ਉਸ ਤੋਂ ਬਾਅਦ ਜਦੋਂ ਖਬਰਾਂ ਚੱਲੀਆਂ ਤਾਂ ਉਸ ਤੋਂ ਬਾਅਦ ਹੁਣ ਪ੍ਰਸ਼ਾਸਨ ਦੇ ਵੱਲੋਂ ਵੀ ਉਸੇ ਤਰੀਕੇ ਦੇ ਨਾਲ JCB ਮਸ਼ੀਨਾਂ, ਪੋਕ ਲੈਨ ਮਸ਼ੀਨਾਂ, ਚੈਨਾ ਵਾਲੀਆਂ ਕਰੇਨਾਂ ਦੀਆਂ ਮਸ਼ੀਨਾਂ, ਜਾਣੀ ਕਿ ਜੋ ਜਾਣੀ ਕਿ ਟੈਂਕਾਂ ਦੇ ਟਾਇਰ ਹੁੰਦੇ ਨੇ ਜੋ ਗੋਲੀ ਦੇ ਨਾਲ ਨਹੀਂ ਫੜਦੇ ਕਿਸਾਨਾਂ ਦੇ ਵੱਲੋਂ, ਉਹ ਪ੍ਰਬੰਧ ਕੀਤੇ ਗਏ ਸੀ, ਅਤੇ ਉਸੇ ਦੇ ਚੱਲਦੇ ਹੁਣ ਪ੍ਰਸ਼ਾਸਨ ਦੇ ਵੱਲੋਂ ਵੀ ਉਸੇ ਤਰੀਕੇ ਦੇ ਪ੍ਰਬੰਧ ਕਰ ਲਏ ਗਏ ਨੇ, ਜੋ ਪਹਿਲਾਂ 1-2 ਬੈਰੀਗੇਟ ਕਿਸਾਨਾਂ ਵੱਲੋਂ ਪੱਟੇ ਗਏ ਸੀ, ਜੋ ਕਿੱਲ ਲਾਏ ਗਏ ਸੀ ਪੰਜਾਬ ਵੱਲ ਤਿੱਖੇ ਮੂੰਹ ਕਰਕੇ, ਉਹ ਵੀ ਪੱਟ ਦਿੱਤੇ ਗਏ ਸੀ, ਪਰ ਪ੍ਰਸ਼ਾਸਨ ਦੇ ਵੱਲੋਂ ਮੁੜ ਤੋਂ ਲਗਾ ਦਿੱਤੇ ਗਏ ਨੇ। ਵੱਡੀ ਗਿਣਤੀ ਦੇ ਵਿੱਚ ਜੋ ਪੁਲਿਸ ਫੋਰਸ ਆ, ਫੌਜ ਆ, ਉਹ ਤਾਇਨਾਤ ਕੀਤੀ ਹੋਈ ਆ। ਉੱਧਰ ਕੋਈ ਸਮਾਂ ਬਾਕੀ ਆ, ਕਿਸਾਨ ਆਗੂਆਂ ਨੇ 11 ਵਜੇ ਦੀ ਕਾਲ ਦਾ ਸਮਾਂ ਦਿੱਤਾ ਹੋਇਆ। ਵੱਡੀ ਗਿਣਤੀ ਦੇ ਵਿੱਚ ਲੱਖਾਂ ਨੌਜਵਾਨ, ਹਜ਼ਾਰਾਂ ਟਰੈਕਟਰ ਟਰਾਲੀਆਂ ਅਤੇ ਲੱਖਾਂ ਨੌਜਵਾਨ ਸ਼ੰਭੂ ਬਾਰਡਰ 'ਤੇ ਪਹੁੰਚ ਚੁੱਕੇ ਨੇ। ਕਿਸਾਨ ਆਗੂਆਂ ਦੇ ਉਸ ਫੈਸਲੇ ਦੀ, ਉਸ ਹਰੀ ਝੰਡੀ ਦੀ ਉਡੀਕ ਕਰਦੇ ਨੇ ਕਿ ਕਦੋਂ ਸਾਨੂੰ ਕਹਿਣ ਕਿ ਅੱਗੇ ਹਰਿਆਣੇ ਵੱਲ ਕੂਚ ਕਰ ਜਾਓ। ਅਤੇ ਉੱਧਰਲੇ ਪਾਸੇ ਬੀਤੇ ਦਿਨੀ ਹਰਿਆਣੇ ਦੇ ਜੋ DGP ਨੇ, ਉਹਨਾਂ ਦੇ ਵੱਲੋਂ ਪੰਜਾਬ ਦੇ DGP ਨੂੰ ਇੱਕ ਚਿੱਠੀ ਵੀ ਲਿਖੀ ਗਈ ਸੀ, ਜਿਸ ਦੇ ਵਿੱਚ ਉਹਨਾਂ ਕਿਹਾ ਕਿ ਜੋ ਪੋਕ ਲੈਨ ਮਸ਼ੀਨਾਂ ਜਾਂ ਕਰੇਲਾ JCBਆਂ ਸ਼ੰਭੂ ਬਾਰਡਰ 'ਤੇ ਲਿਆਉਂਦੀਆਂ ਨੇ, ਇਹਨਾਂ ਨੂੰ ਪਿੱਛੇ ਕੀਤਾ ਜਾਵੇ ਜਾਂ ਹੋਰ ਤਰੀਕੇ ਦੇ ਇਸ ਇਕੱਠ ਨੂੰ ਪਿੱਛੇ ਕੀਤਾ ਜਾਵੇ। ਉੱਧਰਲੇ ਪਾਸੇ ਪੰਜਾਬ ਦੇ DGP ਦੇ ਵੱਲੋਂ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਸੀ ਕਿ ਇਸ ਸਮਾਨ ਨੂੰ ਪਿੱਛੇ ਕੀਤਾ ਜਾਵੇ, ਪਰ ਕਿਸਾਨ ਕਹਿੰਦੇ ਨੇ, ਕਿਸਾਨ ਆਗੂ ਇਹ ਕਹਿੰਦੇ ਨੇ ਕਿ ਜੋ ਅੱਗੇ ਬੈਰੀਗੇਟ ਲਾਏ ਨੇ ਉਹ ਪਾਸੇ ਕਰ ਦਿਓ, ਅਸੀਂ ਸਾਰੀਆਂ ਮਸ਼ੀਨਾਂ ਪਾਸੇ ਕਰਕੇ ਸ਼ਾਂਤਮਈ ਲੰਘ ਜਾਵਾਂਗੇ। ਪਰ ਵੱਡਾ ਸਵਾਲ ਖੜਾ ਹੋ ਜਾਂਦਾ ਕਿ ਅੱਗੇ ਵੱਡੀ ਬੈਰੀਗੇਟਿੰਗ ਆ, ਅੱਗੇ ਵੀ ਪੋਕ ਲੈਨ ਮਸ਼ੀਨਾਂ ਨੇ, ਇੱਧਰ ਕਿਸਾਨਾਂ ਕੋਲ ਵੀ ਪੋਕ ਲੈਨ ਮਸ਼ੀਨਾਂ ਨੇ, ਹੁਣ ਲੰਘਿਆ ਕਿਸ ਤਰੀਕੇ ਜਾਏਗਾ ਜਾਂ ਸ਼ਾਂਤਮਈ ਕਿਸ ਤਰੀਕੇ ਕਿਸਾਨ ਦਿੱਲੀ ਕੂਚ ਕਰਨਗੇ। ਹੁਣ ਕੁਝ ਕਹਿ ਦਈਏ ਕਿ ਮਹਿਜ਼ ਘੰਟੇ ਕੁ ਦਾ ਸਮਾਂ ਬਾਕੀ ਆ, ਜਦੋਂ 11 ਵੱਜ ਜਾਣਦੇ ਆ, ਇਸ ਟਾਈਮ ਤਕਰੀਬਨ ਲੱਖਾਂ ਕਿਸਾਨ ਪੂਰੇ ਪੰਜਾਬ ਦੇ ਵਿੱਚੋਂ ਸ਼ੰਭੂ ਬਾਰਡਰ 'ਤੇ ਪਹੁੰਚ ਚੁੱਕੇ ਨੇ। ਸਟੇਜ ਦੇ ਉੱਪਰ ਜੋ ਸਪੀਕਰਾਂ ਵਾਲੀ ਗੱਡੀ ਆ, ਜਿਸ ਨੂੰ ਸਟੇਜ ਬਣਾਇਆ ਗਿਆ, ਉਸ ਦੇ ਉੱਪਰ ਕਿਸਾਨ ਆਗੂ ਸਰਵਣ ਸਿੰਘ ਪਧੇਰ, ਜਗਜੀਤ ਸਿੰਘ ਡੱਲੇਵਾਲ ਵੀ ਪਹੁੰਚ ਚੁੱਕੇ ਨੇ। ਕਈ ਮੀਟਿੰਗਾਂ ਹੋ ਚੁੱਕੀਆਂ ਨੇ, ਪਹਿਲਾਂ 4 ਮੀਟਿੰਗਾਂ ਹੋ ਚੁੱਕੀਆਂ ਨੇ, ਜਿਸ ਦੇ ਵਿੱਚ ਜਦੋਂ ਕੋਈ ਰਿਜ਼ਲਟ ਨਹੀਂ ਨਿਕਲਦਾ ਤਾਂ ਉਸ ਤੋਂ ਬਾਅਦ ਕਿਸਾਨ ਆਗੂਆਂ ਦੁਆਰਾ ਇੱਕ ਕਾਲ ਦੇ ਦਿੱਤੀ ਜਾਂਦੀ ਆ ਕਿ 21 ਫਰਵਰੀ ਨੂੰ 11 ਵਜੇ ਅਸੀਂ ਦਿੱਲੀ ਕੂਚ ਕਰਾਂਗੇ। ਤਾਂ ਹੁਣ ਦੇਖਣਾ ਹੋਵੇਗਾ ਕਿ ਜਦੋਂ ਕਿਸਾਨ ਦਿੱਲੀ ਕੂਚ ਕਰਦੇ ਨੇ, ਅੱਗੇ ਉਹ ਪ੍ਰਸ਼ਾਸਨ ਦੁਆਰਾ ਜਿਸ ਤਰ੍ਹਾਂ 13 ਤਰੀਕੇ ਨੂੰ ਅਥਰੂ ਗੈਸ ਦੇ ਗੋਲੇ ਸੱਟੇ ਗਏ ਸੀ, 14 ਤਰੀਕ ਨੂੰ ਅਥਰੂ ਗੈਸ ਦੇ ਗੋਲੇ ਸੱਟੇ ਗਏ, ਅਤੇ ਉਸ ਦੇ ਨਾਲ ਰਬੜ ਦੀਆਂ ਗੋਲੀਆਂ, ਕੁਝ ਪੱਕੀਆਂ ਗੋਲੀਆਂ ਦੇ ਛਰਲੇ ਕਿਸਾਨਾਂ ਦੇ ਮਾਰੇ ਗਏ ਸੀ, ਜਾਂ ਹੋਰ ਤਰ੍ਹਾਂ ਦਾ ਜੋ ਵੀ ਕਿਸਾਨਾਂ ਦੇ ਉੱਪਰ ਤਸ਼ੱਦਦ ਕੀਤਾ ਗਿਆ ਸੀ, ਦੇਖਣਾ ਹੋਵੇਗਾ ਕਿ ਉਸੇ ਤਰੀਕੇ ਦਾ ਕਿਸਾਨਾਂ ਦੇ ਉੱਪਰ ਤਸ਼ੱਦਦ ਕੀਤਾ ਜਾਂਦਾ ਜਾਂ ਫਿਰ ਕਿਸਾਨਾਂ ਨੂੰ ਸ਼ਾਂਤਮਈ ਅੱਗੇ ਲੰਘਣ ਦਿੱਤਾ ਜਾਂਦਾ। ਪਰ ਸਵਾਲ ਖੜਾ ਹੋ ਜਾਂਦਾ ਕਿਉਂਕਿ ਕੁਝ ਮਿੰਟ ਬਾਕੀ ਰਹਿ ਚੁੱਕੇ ਨੇ ਵੱਡੀ ਬੈਰੀਗੇਟਿੰਗ ਆ, ਹਾਲੇ ਤੱਕ ਪ੍ਰਸ਼ਾਸਨ ਨੇ ਪਿੱਛੇ ਨਹੀਂ ਕੀਤੀ ਸਮਾਂ, ਅਤੇ ਪ੍ਰਸ਼ਾਸਨ ਦੇ ਵੱਲੋਂ ਤਾਂ ਪ੍ਰਬੰਧ ਹੋਰ ਵਧਾਏ ਜਾ ਰਹੇ ਨੇ। ਜੇ ਕਿਸਾਨ JCB ਮਸ਼ੀਨਾਂ, ਪੋਕ ਲੈਨ ਮਸ਼ੀਨਾਂ ਲਏ ਤਾਂ ਉੱਧਰਲੇ ਪਾਸੇ ਹੁਣ ਪ੍ਰਸ਼ਾਸਨ ਵੀ ਪੋਕ ਲੈਨ ਮਸ਼ੀਨਾਂ ਲੈ ਕੇ ਤਿਆਰ ਅਬਰ ਤਿਆਰ ਖੜਾ ਹੋ ਚੁੱਕਿਆ। ਤਾਂ ਜੇ ਕਿਸਾਨ ਬੀਤੇ ਦਿਨੀ ਕਹਿ ਰਹੇ ਸੀ ਕਿ ਮਿੰਟਾਂ ਦੇ ਵਿੱਚ ਇਹ ਬੈਰੀਗੇਟ ਪੱਟ ਕੇ ਸੁੱਟ ਦਾਂਗੇ, ਤਾਂ ਉਹਨਾਂ ਨੇ ਹੋਰ ਪ੍ਰਬੰਧ ਕਰ ਲਏ ਨੇ। ਇੱਧਰਲੇ ਪਾਸੇ ਹਜ਼ਾਰਾਂ ਟਰੈਕਟਰ ਟਰਾਲੀਆਂ ਲੈ ਕੇ ਪਿੰਡਾਂ ਦੇ ਵਿੱਚੋਂ ਜੋ ਕਿਸਾਨ ਨੇ ਉਹ ਪਹੁੰਚ ਚੁੱਕੇ ਨੇ,
ਤੇ ਉਧਰਲੇ ਪਾਸੇ ਜੋ ਪ੍ਰਸ਼ਾਸਨ ਆ ਉਸਨੇ ਮਿੱਟੀ ਦੇ ਭਰੇ ਹੋਏ ਥੈਲੇ ਰੱਖੇ ਹੋਏ ਨੇ। ਇਧਰਲੇ ਪਾਸੇ ਕਿਸਾਨਾਂ ਨੇ ਵੀ ਬੀਤੀ ਰਾਤ ਆਸ ਪਾਸ ਦੇ ਪਿੰਡਾਂ ਦੇ ਵਿੱਚੋਂ ਭਰ ਕੇ ਮਿੱਟੀ ਦੇ ਥੈਲੇ ਲਗਾ ਦਿੱਤੇ ਗਏ ਨੇ। ਲੱਗਦਾ ਕਿ ਕਿਸਾਨਾਂ ਦੇ ਕੁਝ ਬਿਆਨ ਵੀ ਆ ਰਹੇ ਸੀ ਬੀਤੀ ਰਾਤ ਕਿ ਘੱਗਰ ਦਰਿਆ ਦੇ ਵਿੱਚ ਇਹ ਥੈਲੇ ਸੁੱਟ ਕੇ ਅਸੀਂ ਪੁਲ ਬਣਾ ਲਾਂਗੇ, ਉਸ ਨੂੰ ਪੱਧਰਾ ਕਰਕੇ ਉੱਥੋਂ ਦੀ ਟਰੈਕਟਰ ਟਰਾਲੀਆਂ ਲੈ ਜਾਵਾਂਗੇ। ਹੁਣ ਦੇਖਣਾ ਹੋਵੇਗਾ ਕਿ ਕਿਸਾਨ ਕਿਸ ਤਰੀਕੇ ਦੇ ਪ੍ਰਬੰਧ ਕਰਦੇ ਨੇ। ਕਿਸਾਨ ਆਗੂਆਂ ਦਾ ਇਹ ਕਹਿਣਾ ਸੀ ਬੀਤੇ ਦਿਨੀ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਬਧੇਰ, ਉਹਨਾਂ ਕਿਹਾ ਕਿ ਅਸੀਂ ਆਪ ਅੱਗੇ ਜਾਵਾਂਗੇ, ਅਸੀਂ ਨੌਜਵਾਨਾਂ ਦਾ ਕਾਂਡ ਨਹੀਂ ਕਰਵਾਉਣਾ, ਮਰਵਾਉਣੇ ਨਹੀਂ, ਇਸ ਕਰਕੇ ਅਸੀਂ ਆਪ ਸੂਝਵਾਨ ਹਾਂ, ਇਸ ਕਰਕੇ ਅੱਗੇ ਜਾਵਾਂਗੇ। ਹੁਣ ਦੇਖਣਾ ਹੋਵੇਗਾ ਕਿਹੜੇ ਕਿਸਾਨ ਆਗੂ ਅੱਗੇ ਜਾਂਦੇ ਨੇ, ਅੱਗੇ ਉਹ ਪ੍ਰਸ਼ਾਸਨ ਦਾ ਕੀ ਵਤੀਰਾ ਰਹਿੰਦਾ, ਇਹ ਸਾਰੀ ਹੁਣ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦਾ ਮਾਹੌਲ ਬਣਦਾ। ਜੂਦਾਂ ਜਿੱਥੇ ਕਿ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਨੇ, ਉੱਧਰ ਹੁਣ ਕਿਸਾਨਾਂ ਦੇ ਵੱਲੋਂ ਵੀ ਪ੍ਰਬੰਧ ਹੋਰ ਕੀਤੇ ਜਾ ਰਿਹਾ। ਬੀਤੀ ਰਾਤ ਪਿੰਡਾਂ ਦੇ ਵਿੱਚੋਂ ਇਹਨਾਂ ਕਿਸਾਨਾਂ ਦੁਆਰਾ ਮਿੱਟੀ ਦੇ ਥੈਲੇ ਭਰ ਕੇ ਟਰਾਲੀਆਂ ਲਿਆਂਦੀਆਂ ਗਈਆਂ ਸੀ, ਹੁਣ ਨੌਜਵਾਨਾਂ ਦੁਆਰਾ ਉਹ ਥੈਲੇ ਉਤਾਰੇ ਜਾ ਰਹੇ ਨੇ, ਟਰਾਲੀਆਂ ਖਾਲੀ ਕੀਤੀਆਂ ਜਾ ਰਹੀਆਂ ਨੇ ਕਿ ਅੱਗੇ ਘੱਗਰ ਦਰਿਆ ਦੇ ਵਿੱਚ ਕੁਝ ਕਿਸਾਨਾਂ ਦੀਆਂ ਰਾਤ ਇਹ ਬਾਈਟਾਂ ਆ ਰਹੀਆਂ ਸੀ ਕਿ ਘੱਗਰ ਦਰਿਆ ਦੇ ਵਿੱਚ ਜੋ ਇਹਨਾਂ ਨੇ ਟੋਏ ਪੁੱਟੇ ਨੇ ਉਹਨਾਂ ਦੇ ਵਿੱਚ ਅਸੀਂ ਥੈਲੇ ਸੁੱਟ ਕੇ ਰਾਹ ਬਣਾ ਲਾਂਗੇ। ਪਰ ਤੁਸੀਂ ਨੌਜਵਾਨੀ ਦਾ ਜੋਸ਼ ਦੇ ਸਕਦੇ ਹੋ ਕਿਉਂਕਿ 2 ਦਿਨ ਇਹਨਾਂ ਨੇ 13 ਅਤੇ 14 ਫਰਵਰੀ ਨੂੰ ਤਸ਼ੱਦਦ ਝੱਲਿਆ, ਥਰੂ ਗੈਸ ਦੇ ਗੋਲੇ ਆਉਂਦੇ ਨੇ, ਰਬੜ ਦੀਆਂ ਗੋਲੀਆਂ ਆਉਂਦੀਆਂ ਨੇ, ਇੱਥੋਂ ਤੱਕ ਕਿ ਪੱਕੀਆਂ ਗੋਲੀਆਂ ਦੇ ਛਰਲੇ ਵੀ ਕੁਝ ਨੌਜਵਾਨਾਂ ਦੇ ਲੱਗਦੇ ਨੇ, ਇੱਕ ਨੌਜਵਾਨ ਦੀ ਅੱਖ ਤੱਕ ਚਲੀ ਜਾਂਦੀ ਆ। ਪਰ ਇਹਨਾਂ ਨੌਜਵਾਨਾਂ ਦੇ ਹੌਸਲੇ ਦੇਖ ਸਕਦੇ ਹੋ ਕਿ ਇਸ ਵਕਤ ਹਜ਼ਾਰਾਂ ਟਰੈਕਟਰ ਟਰਾਲੀਆਂ ਲੈ ਕੇ ਲੱਖਾਂ ਨੌਜਵਾਨ ਸ਼ੰਭੂ ਬਾਰਡਰ 'ਤੇ ਪਹੁੰਚ ਚੁੱਕੇ ਨੇ। ਚੜ੍ਹਦੀ ਕਲਾ ਦੇ ਵਿੱਚ ਨੇ ਪੁਖਤਾ ਪ੍ਰਬੰਧ, ਜੋ ਜੋ ਆਗੂਆਂ ਨੇ ਉਹਨਾਂ ਨੂੰ ਦੱਸਿਆ ਕਿ ਇਸ ਤਰੀਕੇ ਦੇ ਪ੍ਰਬੰਧਾਂ ਦੇ ਨਾਲ ਇਹ ਬੈਰੀਗੇਟਿੰਗ ਤੋੜ ਕੇ ਜਾਂ ਘੱਗਰ ਦਰਿਆ ਭਰ ਕੇ ਅੱਗੇ ਲੰਘਿਆ ਜਾ ਸਕਦਾ, ਉਸੇ ਤਰੀਕੇ ਦੇ ਪ੍ਰਬੰਧ ਦੇ ਨਾਲ ਨੌਜਵਾਨਾਂ ਦੁਆਰਾ ਕੀਤੇ ਜਾ ਰਹੇ ਨੇ। ਉੱਧਰ ਜੋ ਆਗੂ ਨੇ ਉਹਨਾਂ ਦੇ ਨਾਲ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮੀਟਿੰਗ ਚੱਲ ਰਹੀ ਆ। ਕਿਸਾਨ ਆਗੂਆਂ ਨੇ ਇੱਕੋ ਇੱਕ ਗੱਲ ਕਹਿ ਦਿੱਤੀ ਗਈ ਆ ਕਿ ਜੇਕਰ ਸਾਨੂੰ ਹਰ ਫਸਲ 'ਤੇ 22 ਫਸਲਾਂ 'ਤੇ ਜੋ MSP ਦਾ ਕਾਨੂੰਨ ਬਣਾ ਕੇ ਦਊਗੇ ਤਾਂ ਅਸੀਂ ਇਹ ਧਰਨੇ ਤੋਂ ਵਾਪਸ ਹੋ ਸਕਦੇ ਹਾਂ, ਨਹੀਂ ਤਾਂ ਅਸੀਂ ਹਰ ਹਾਲ ਦੇ ਵਿੱਚ ਕੁਝ ਘੰਟਿਆਂ ਦੇ ਵਿੱਚ ਇਹ ਬਾਰਡਰ ਤੋੜ ਕੇ ਅੱਗੇ ਵੱਧ ਜਾਵਾਂਗੇ। ਬਲਕਿ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਕਿਸਾਨ ਆਗੂ ਹਰ ਗੱਲ ਦੇ ਵਿੱਚ ਇਹ ਵੀ ਕਹਿੰਦੇ ਨੇ ਕਿ ਅਸੀਂ ਸ਼ਾਂਤਮਈ ਜਾਣਾ ਚਾਹੁੰਦੇ ਹਾਂ, ਪਰ ਅੱਗੇ ਪ੍ਰਸ਼ਾਸਨ ਦੇ ਜੋ ਪ੍ਰਬੰਧ ਨੇ ਉਹਨਾਂ ਪ੍ਰਬੰਧਾਂ ਨੂੰ ਦੇਖ ਕੇ ਇਹ ਲੱਗ ਨਹੀਂ ਸਕਦਾ ਕਿ ਸ਼ਾਂਤਮਈ ਅੱਗੇ ਲੰਘਿਆ ਜਾ ਸਕਦਾ। ਹੁਣ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਪ੍ਰਬੰਧ ਹੁੰਦੇ ਨੇ, ਪ੍ਰਸ਼ਾਸਨ ਦੁਆਰਾ ਬੈਰੀਗੇਟ ਹਟਾ ਲਏ ਜਾਂਦੇ ਨੇ ਜਾਂ ਫਿਰ ਕਿਸਾਨ ਆਗੂ ਜੋ ਉਹਨਾਂ ਨੇ JCB ਮਸ਼ੀਨਾਂ ਲਿਆਂਦੀਆਂ ਨੇ, ਪੋਪਲਾਈਨ ਮਸ਼ੀਨਾਂ ਲਿਆਂਦੀਆਂ ਨੇ, ਉਹਨਾਂ ਦੇ ਨਾਲ ਉਹ ਬੈਰੀਗੇਟ ਤੋੜ ਕੇ ਅੱਗੇ ਲੰਘ ਜਾਂਦੇ ਨੇ। ਉੱਧਰਲੇ ਪਾਸੇ ਪ੍ਰਸ਼ਾਸਨ ਦੇ ਵੀ ਇੱਕ ਵਾਰ ਫਿਰ ਤੋਂ ਪੋਪਲਾਈਨ ਮਸ਼ੀਨਾਂ ਚੈਨਲਾਂ 'ਤੇ ਚੱਲਣ ਵਾਲੀਆਂ JCB ਮਸ਼ੀਨਾਂ ਅਤੇ ਦੂਜੀਆਂ ਕਰੇਨਾਂ ਲਿਆ ਕੇ ਖੜ੍ਹੀਆਂ ਕਰਤੀਆਂ ਨੇ, ਪੰਜਾਬ ਵੱਲੂ ਮੂੰਹ ਕਰ ਦਿੱਤੇ ਗਏ ਨੇ। ਹੁਣ ਦੇਖਣਾ ਹੋਵੇਗਾ ਕਿ ਕਦੋਂ ਕਿਸਾਨ ਆਗੂ ਇਹਨਾਂ ਨੌਜਵਾਨਾਂ ਨੂੰ ਹਰੀ ਝੰਡੀ ਦਿੰਦੇ ਨੇ, ਫੈਸਲਾ ਦਿੰਦੇ ਨੇ ਅੱਗੇ ਜਾਣ ਦਾ, ਕਿਸ ਤਰੀਕੇ ਦੇ ਨਾਲ ਅੱਗੇ ਜਾਣ ਦਾ ਫੈਸਲਾ ਦਿੰਦੇ ਨੇ, ਇਹ ਸਾਰਾ ਕੁਛ ਉਹਨਾਂ ਦੇ ਹੁਣ ਫੈਸਲੇ 'ਤੇ ਟਿਕਿਆ ਹੋਇਆ।